सुनी जय भा
Hey.
ਵੰਡੇ ਜਾਣ ਦਾ ਮੇਰਾ ਵੰਡੇ ਜਾਣਾ ਕੁਝ ਹੋਰ ਗੱਲ ਸੀ, ਆਪਸੀ ਟਕਰਾਓ ਦਾ ਦੁਬਦਾ ਦਾ ਕਾਰਨ ਕੀ ਹੈ ਧਰਮ ਸਾਰੇ ਸਾਰੇ ਆਪਣੇ ਆਪਣੇ ਵਿਚਾਰਾਂ ਨੂੰ ਮੁੱਖ ਰੂਪ ਵਿੱਚ ਪ੍ਰਚਾਰਦੇ ਨੇ, ਦੂਜੇ ਨੂੰ ਪ੍ਰਵਾਨ ਨਹੀਂ ਕਰਦੇ। ਸਾਰੇ ਉਪਾਸ਼ਕ ਰੱਬ ਦੇ ਹੀ ਬਣਦੇ ਨੇ, ਸਾਰੇ ਹੁਣ ਗੁਰੂ ਕੋਲੋਂ ਪੁੱਛੀਏ ਜੀ। ਗੁਰੂ ਨੇ ਬੜੀ ਖੂਬਸੂਰਤ ਤਸਵੀਰ ਖਿੱਚੀ ਸ਼ਬਦ ਦੇ ਆਰੰਭ ਵਿੱਚ ਹੀ, ਕਹਿਣ ਲੱਗੇ ਮੈਂ ਮਨੁੱਖਤਾ ਨੂੰ ਸੰਸਾਰ ਦੇ ਵੰਡੇ ਹੋਏ ਲੋਕਾਂ ਨੂੰ ਇੱਕ ਥਾਂ ਤੇ ਇਕੱਤਰ ਕਰਨਾ ਚਾਹੁੰਦਾ। ਉਹ ਬੜੇ ਸੌਖੇ ਢੰਗ ਨਾਲ, ਬੜੇ ਆਸਾਨ ਤਰੀਕੇ ਨਾਲ ਜੋਗੀ ਦੂਜੇ ਨੂੰ ਯੋਗ ਸਾਧਨਾ ਵਿੱਚ ਪਾਉਂਦਾ, ਪਰ ਉਹਦਾ ਤਰੀਕਾ, ਉਹਦਾ ਵਸੀਲਾ, ਉਹਦਾ ਸਾਧਨ ਕੋਈ ਆਸਾਨ ਨਹੀਂ। ਪਹਿਲਾਂ ਘਰ ਬਾਰ ਛੱਡੇ, ਆਪਣੀਆਂ ਲੋੜਾਂ ਦਾ ਤਿਆਗ ਕਰੇ, ਜੰਗਲਾਂ ਵਿੱਚ ਰਹੇ, ਫਲ ਫੁੱਲ ਪੱਤੇ ਖਾ ਕੇ ਗੁਜ਼ਾਰਾ ਕਰੇ। ਸਾਧਨ ਸਾਰੇ ਜੀਵਨ ਦੇ ਉਹਨਾਂ ਨਾਲ ਸੰਬੰਧ ਤੋੜ ਲਏ, ਫਿਰ ਇੱਥੇ ਬਸ ਨੇ ਸਵਾਸ ਜਿਹੜੇ ਚੱਲਦੇ ਹੀ ਤਾਂ ਜੀਵਨ ਨੇ। ਸਵਾਸ ਕਿਸ ਵਾਸਤੇ ਨੇ? ਚੱਲਣ ਵਾਸਤੇ। ਜਿਸ ਦਿਨ ਸਵਾਸ ਰੁਕ ਜਾਣ ਜੀਵਨ ਖਤਮ ਹੋ ਜਾਂਦਾ। ਜੀਵਨ ਦੇ ਚੱਲਣ ਦਾ ਪ੍ਰਤੀਕ ਹੀ ਸਵਾਸਾਂ ਦਾ ਚੱਲਣਾ ਹੈ। ਪਰ ਯੋਗੀ ਦਾ ਯੋਗ ਸ਼ੁਰੂ ਹੀ ਸਵਾਸਾਂ ਨੂੰ ਰੋਕਣ ਤੋਂ ਹੁੰਦਾ। ਸਵਾਸ ਨੂੰ ਸਰੀਰ ਵਿੱਚ ਚੱਲਣ ਨਹੀਂ ਦੇਣਾ, ਉਹਨਾਂ ਨੂੰ ਆਪਣੀ ਮਰਜ਼ੀ ਨਾਲ ਰੋਕਣਾ। ਕਿੱਥੇ ਰੋਕਣਾ, ਕਿੰਨੀ ਦੇਰ ਰੋਕਣਾ, ਯੋਗ ਹੈ, ਇਹ ਕੋਈ ਆਸਾਨ ਨਹੀਂ। ਹਰ ਕੋਈ ਯੋਗੀ ਨਹੀਂ ਬਣ ਸਕਦਾ। ਹਾਂ, ਯੋਗ ਦਾ ਆਡੰਬਰ ਜ਼ਰੂਰ ਸਰੀਰਕ ਸਾਧਨਾਂ ਨਾਲ ਪ੍ਰਚਾਰ ਪ੍ਰਚਾਰ ਕੇ ਇਸ ਰਾਹ ਤੋਰਿਆ, ਅੱਜ ਕੱਲ੍ਹ ਜ਼ਿਆਦਾ ਹੋ ਗਿਆ। ਪਿਛਲੇ ਦਿਨਾਂ 'ਚ ਦੇਖਿਆ ਹੋਣਾ ਯੋਗ ਦਾ ਖਾਸ ਦਿਨ ਮਨਾਇਆ ਗਿਆ, ਜਿੱਥੇ ਹਿੰਦੁਸਤਾਨ ਦਾ ਦੇਸ਼ ਦਾ ਪ੍ਰਾਈਮ ਮਿਨਿਸਟਰ ਵੀ ਯੋਗ ਸਾਧਨਾ ਵਿੱਚ ਸ਼ਾਮਲ ਹੋਇਆ। ਬੜਾ ਕਾਫੀ ਚਰਚਾ ਸੀ ਪਿਛਲੇ ਦਿਨਾਂ ਵਿੱਚ। ਇਹ ਸਭ ਕੁਝ ਕਿਉਂ ਹੋਇਆ? ਤਾਂ ਕਿ ਲੋਕਾਂ ਵਿੱਚ ਯੋਗ ਦਾ ਪ੍ਰਚਾਰ ਕੀਤਾ ਜਾਏ। ਹਿੰਦੁਸਤਾਨੀ ਮਨੁੱਖ ਜਿਹੜਾ ਉਹ ਯੋਗ ਦੇ ਸਾਧਨ ਨੂੰ ਪ੍ਰਵਾਨ ਕਰੇ। ਹਾਲਾਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਆਖੀ, ਕਹਿਣ ਲੱਗੇ ਯੋਗੀ ਉਸ ਟਾਈਮ ਦੇ ਵੀ ਇਹੋ ਚਾਹੁੰਦੇ ਸਨ ਕਿ ਸਾਡੇ ਧਰਮ ਦਾ, ਸਾਡੀ ਸਾਧਨਾ ਦਾ, ਸਾਡੇ ਅਡੰਬਰ ਦਾ ਪ੍ਰਚਾਰ ਹੋਵੇ। ਔਰ ਇਸੇ ਲਈ ਉਹ ਗੁਰੂ ਨਾਨਕ ਨੂੰ ਵੀ ਯੋਗੀ ਬਣਾਉਣਾ ਚਾਹੁੰਦੇ ਸਨ, ਤਾਂ ਕਿ ਜੇ ਨਾਨਕ ਯੋਗੀ ਬਣ ਜਾਏ ਤਾਂ ਦੁਨੀਆਂ ਵਿੱਚ ਸਾਡਾ ਪ੍ਰਚਾਰ ਆਸਾਨੀ ਨਾਲ ਹੋ ਜਾਏਗਾ। ਭਾਈ ਸਾਹਿਬ ਨੇ ਆਖਿਆ, ਕਹਿੰਦੇ ਸਾਡੇ ਸਿਧਾਂਤ ਨੂੰ ਕਿਵੇਂ ਪ੍ਰਵਾਨ ਕਰੇ? ਦਰਸ਼ਨ ਦਾ ਅਰਥ ਹੈ ਸਿਧਾਂਤ, ਕਿਵੇਂ ਪ੍ਰਵਾਨ ਕਰੇ? ਤੇ ਜੇ ਪ੍ਰਵਾਨ ਕਰ ਲੈ ਐਸਾ ਜੋਗੀ ਕਲੀ ਮਾਏ, ਐਸਾ ਜੋਗੀ ਕਲੀ ਮਾਏ, ਹਮਰਾ ਪੰਥ ਕਰੇ ਉਜਾਲਾ। ਜੇ ਕਰੀਏ ਯੋਗੀ ਬਣ ਜਾਏ, ਸਾਡਾ ਪੰਥ, ਸਾਡਾ ਸਿਧਾਂਤ, ਸਾਡਾ ਰਸਤਾ ਉਜਾਲਾ ਹੋ ਗਿਆ, ਚਮਕ ਪੈ ਗਿਆ, ਹਰ ਕੋਈ ਇਹਨੂੰ ਪ੍ਰਵਾਨ ਕਰ ਲਏ। ਯੋਗੀ ਚਾਹੁੰਦਾ ਸੀ
ਹੁਣ ਵੀ ਹੋ ਰਿਹਾ ਹੈ, ਕੋਸ਼ਿਸ਼ ਹੁਣ ਵੀ ਹੋ ਰਹੀ। ਪਰ ਗੁਰੂ ਨਾਨਕ ਨੇ ਜਿਹੜਾ ਜਵਾਬ ਦਿੱਤਾ ਹੈ ਨਾ, ਜੋ ਫੈਸਲਾ ਦਿੱਤਾ ਹੈ, ਉਹਨੂੰ ਸਦੜਾ ਆਖਦੇ ਨੇ। ਲਫ਼ਜ਼ ਤੇ ਰੁਕਣਾ ਚਾਹੁੰਦਾ, ਕਹਿੰਦੇ ਨੇ ਸਾਧਨਾ ਕਰੇ ਰੱਬ ਨੂੰ ਪ੍ਰਭੂ ਨੂੰ ਮਿਲਣ ਦਾ ਇਹੋ ਇੱਕੋ ਇੱਕ ਰਸਤਾ ਦੁਨੀਆਂ ਨੂੰ ਆਖੇ ਹੈ, ਇਸ ਬਿਨਾ ਕੋਈ ਨਹੀਂ। ਤਪੀਆ ਜਿਹੜਾ ਉਹ ਤਪ ਕਰੇ, ਸਰਦੀਆਂ ਵਿੱਚ ਜਲ ਧਾਰੇ, ਗਰਮੀਆਂ ਵਿੱਚ ਦੁਨੀਆਂ ਤਾਪੇ, ਮੁਸ਼ਕਲਾਂ ਵਿੱਚ ਝਾਕ ਕੇ, ਔਕੜਾਂ ਝਾਕ ਕੇ, ਦੁਖੀ ਹੋ ਕੇ ਰੱਬ ਤੱਕ ਪਹੁੰਚੇ। ਹੈ ਕਿੰਨੀ ਅਜੀਬ ਗੱਲ ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਮੁਕਾਬਲ ਤੋਂ ਦੇਖਣਾ, ਸਾਰੇ ਸੰਕੇ ਦੂਰ ਹੋ ਜਾਂਦੇ ਨੇ। ਗੁਰੂ ਤਾਂ ਇਹ ਕਹਿੰਦੇ ਨੇ, ਸੋ ਸੁਣ ਕੇ ਮੇਰਾ ਤਨ ਮਨ ਮੋੜ ਪਿਆ, ਖਿੜ ਪਿਆ, ਖੁਸ਼ੀ ਮਿਲ ਗਈ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮਾਲਾ, ਨਾਮ ਜਪੰਦੜੀ ਲਾਲੀ, ਜਦੋਂ ਤੇਰਾ ਨਾਮ ਤੇਰੇ ਗੁਣ ਮੇਰੀ ਜ਼ਬਾਨ ਤੇ ਰਸਨਾ ਤੇ ਹਿਰਦੇ ਵਿੱਚ ਆਏ ਨੇ, ਮੈਨੂੰ ਲੋਹੜੀਆਂ ਚੜ੍ਹਦੀਆਂ, ਖੁਸ਼ੀ ਹੋ ਗਈ। ਜਦੋਂ ਮੈਂ ਤੇਰੇ ਰਾਹਾਂ ਤੇ ਤੁਰਿਆ ਤੈਨੂੰ ਮਿਲਣ ਲਈ, ਉੱਥੇ ਤਾਂ ਸੋ ਹੈ, ਅਜੇ ਪਤਾ ਲੱਗਾ ਹੈ। ਅਗਲੀ ਅੜੀ ਵਿੱਚ ਆਖਣੇ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਜਦੋਂ ਮੈਂ ਤੇਰੇ ਪੰਧ ਤੇ ਤੇਰੇ ਰਸਤੇ ਤੇ ਤੁਰਿਆ, ਮੇਰੇ ਅੰਦਰ ਬਾਹਰ ਸ਼ਾਂਤੀ ਸੁੱਖ ਹੀ ਸੁੱਖ ਹੋ ਗਿਆ। ਬੜੀ ਅਜੀਬ ਗੱਲ ਹੈ, ਜੋਗੀ ਕਹਿੰਦਾ ਤੂੰ ਰੱਬ ਦੇ, ਤਪਸ਼ਵੀ ਕਹਿੰਦਾ ਰੱਬ ਦੇ ਰਾਹ ਤੇ ਤੁਰ ਆ, ਤੈਨੂੰ ਧੋਣੀਆਂ ਤਾਂ ਦੁਖੀ ਜਿੰਨਾ ਦੁੱਖ ਸਾਰ ਸਕਣਾ ਸਾਰ, ਤਾਂ ਹੀ ਤੂੰ ਰੱਬ ਕੋਲ ਪਹੁੰਚੇਗਾ। ਹੋਰ ਜੋਗੀ ਦੇ ਤਪਸ਼ਵੀ ਦੇ ਦੱਸੇ ਹੋਏ ਰਾਹ ਵਿੱਚ ਰੱਬ ਨੂੰ ਮਿਲਣਾ ਦੁੱਖ ਹੈ। ਫਰਕ ਪ੍ਰਭੂ ਨੂੰ ਮਿਲਣਾ ਦੁੱਖ ਹੈ, ਤੇ ਜਿਹਦੀ ਸੋ ਵਿੱਚ ਹੀ ਦੁੱਖ ਹੈ, ਜਿਹਦੇ ਰਾਹ ਤੁਰਿਆ ਹੀ ਦੁੱਖ ਹੈ, ਭਲਾ ਉਹ ਆਪ ਸੁੱਖ ਕਿਵੇਂ ਹੋਇਆ? ਜਿਹਦੇ ਰਾਹ ਤੁਰਨਾ ਹੀ ਦੁਖੀ ਹੋਣਾ, ਖੁਸ਼ੀ ਨਹੀਂ ਮਿਲਦੀ, ਦੁਖੀ ਹੋਣਾ, ਇੱਥੇ ਹੈ ਨਾਨਕ ਭਗਤਾਂ ਸਦਾ ਵਿਕਾਸ। ਗੁਰਬਾਣੀ ਦੀ ਸੋਚ ਤੇ ਉਸ ਸੋਚ ਵਿੱਚ ਕਿੰਨਾ ਫਰਕ ਹੈ। ਗੁਰਬਾਣੀ ਕਹਿ ਰਹੀ ਨਾਨਕ ਭਗਤਾਂ ਸਦਾ ਵਿਕਾਸ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਤੇਰੇ ਰਾਹਾਂ ਤੇ ਤੁਰਾਂ ਖੁਸ਼ੀ ਖੁਸ਼ੀ, ਅੰਦਰ ਸ਼ਾਂਤੀ ਬਾਹਰ ਸ਼ਾਂਤੀ, ਠੰਡੀ ਠੰਡ। ਤੇ ਤਪਸ਼ਵੀ ਕਹਿੰਦਾ ਜੇ ਰੱਬ ਦੇ ਰਾਹ ਤੇ ਤੁਰੇਗਾ ਤੈਨੂੰ ਜਲ ਧਾਰੇ ਕਰਨੀ ਪੈਣਗੇ, ਧੂਣੀਆਂ ਤਾਂ ਆਪਣੀਆਂ ਪੈਣਗੀਆਂ, ਤਨ ਨੂੰ ਤਸੀਹੇ ਦੇਣੇ ਪੈਣਗੇ, ਰੋਟੀ ਪਾਣੀ ਸੰਸਾਰ ਸਭ ਕੁਝ ਛੱਡਣਾ ਪਏਗਾ। ਹੁਣ ਰਸਤੇ ਦਾ ਕਿੰਨਾ ਫਰਕ ਹੈ, ਪਰ ਸੋਚੋ ਕਿਹੜੀ ਅਜੀਬ ਘਟਨਾ ਵਾਪਰ ਰਹੀ ਹੈ। ਹਰ ਇੱਕ ਨੂੰ ਪਤਾ ਹੈ ਕਿ ਤਪ ਕਰਨੇ ਔਖੇ ਨੇ, ਹਰ ਇੱਕ ਨੂੰ ਪਤਾ ਹੈ ਕਿ ਯੋਗ ਸਾਧਨਾ ਰੱਬ ਦੇ ਮਿਲਣ ਦਾ ਜੇ ਰਾਹ ਹੈ ਤਾਂ ਬੜਾ ਔਖਾ ਹੈ, ਪਰ ਫਿਰ ਵੀ ਉਹਦਾ ਪ੍ਰਚਾਰ ਹੋ ਰਿਹਾ। ਅੱਜ ਜਿਹੜੇ ਚਲੀਏ ਕੱਟਦੇ ਨੇ ਉਹ ਤਪ ਸਾਧਨਾ ਵਿੱਚ ਹੀ ਨੇ, ਅੱਜ ਕੱਲ੍ਹ ਤਾਂ ਗੁਰਦੁਆਰਿਆਂ ਵਿੱਚ ਵੀ ਚਲੀਏ ਕੱਟੇ ਜਾ ਰਹੇ ਨੇ। ਯੋਗ ਦੇ ਪ੍ਰਚਾਰ ਦੀ ਗੱਲ ਮੈਂ ਤੁਹਾਡੇ ਸਾਹਮਣੇ ਹੁਣੇ ਕੀਤੀ, ਪੂਰਾ ਜ਼ੋਰ, ਪੂਰੇ ਹਿੰਦੁਸਤਾਨ ਦੀ ਸਰਕਾਰ ਦਾ ਪੂਰਾ ਜ਼ੋਰ ਲੱਗ ਗਿਆ ਹੈ ਸਿਰਫ ਯੋਗ ਮਤ ਨੂੰ ਪ੍ਰਚਾਰ ਵਿੱਚ ਲਿਆਉਣ ਲਈ। ਪਰ ਸੋਚੋ ਉਹਦੇ ਲਈ ਤਾਂ ਇੰਨਾ ਕੁਝ ਹੋ ਰਿਹਾ, ਜਿਹੜੇ ਰਾਹ ਦੁੱਖ ਹੀ ਦੁੱਖ ਹੈ, ਦੁੱਖ
ਕਹੀ ਦੋਗ ਤੇ ਇੱਕ ਰਾਹ ਗੁਰੂ ਦੱਸਦਾ ਹੁਣ ਦੇਖੋ ਮੁਕਾਬਲਤਨ ਅਸੀਂ ਕਿੱਥੇ ਖਲੋਤੇ ਹਾਂ ਕਿਸ ਰਾਹ ਨੂੰ ਅਪਣਾ ਰਿਹਾ ਫੈਸਲਾ ਗੁਰੂ ਨੇ ਬੜਾ ਸਪਸ਼ਟ ਕੀਤਾ ਗੁਰੂ ਕਹਿੰਦੇ ਜੀਵਨ ਬਿਤਾਏਗਾ ਦੱਸ ਰਿਹਾ ਨੇ ਸਮਾਜ ਦੀ ਗੱਲ ਭੋਗੀ ਹੋਵੇ ਖਾ ਜੇ ਕੋਈ ਤਪੀਆ ਹੋਵੇਗਾ ਤਪੱਸਿਆ ਕਰੇਗਾ ਤਪ ਕਰੇਗਾ ਧੂਣੀਆਂ ਤਪੇਗਾ ਗੁਰੂ ਆਖ ਰਿਹਾ ਜੀਉ ਤਪਤਾ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੇ ਤਾਂ ਬਾਣੀ ਮਿਸਰ ਜਾਏ ਜੋ ਪੱਕਾ ਰੋਗੀ ਵੀ ਲੈ ਜੇ ਕੋਈ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਰੱਬ ਦੀ ਪ੍ਰਾਪਤੀ ਲਈ ਤੀਰਥਾਂ ਦੇ ਨਹਾਉਣ ਤੁਰ ਪਏਗਾ ਤਾਂ ਉਹ ਆਪਣੀ ਜ਼ਿੰਦਗੀ ਦਾ ਜੀਵਨ ਦਾ ਸਮਾਂ ਤੇ ਸਰਮਾਇਆ ਦੋਨੋਂ ਚੀਜ਼ਾਂ ਜ਼ਾਇਆ ਕਰੇਗਾ ਤਪੀਆ ਹੋਵੇ ਤਪ ਕਰੇ ਤੀਰਥ ਮਨ ਮੈਂ ਨਾਏ ਕਹਿ ਲੱਗੇ ਹੈ ਮੇਰੇ ਰੱਬ ਮੇਰੀ ਬੇਨਤੀ ਸੁਣ ਲੈ ਲਓ ਹੁਣ ਅਸੀਂ ਸੋਚਣਾ ਇਹ ਹੈ ਵੀ ਗੁਰੂ ਕੀ ਫੈਸਲਾ ਹੁੰਦਾ ਇਹ ਮੇਰੇ ਰੱਬ ਮੇਰੀ ਬੇਨਤੀ ਸੁਣ ਲੈ ਨਾ ਮੈਂ ਜੋਗੀ ਹੋਣਾ ਚਾਹੁੰਦਾ ਨਾ ਮੈਂ ਭੋਗੀ ਹੋਣਾ ਚਾਹੁੰਦਾ ਉਹਦੇ 'ਚ ਵੀ ਰੋਗ ਹੈ ਗੁਰਬਾਣੀ ਕਹਿੰਦੀ ਹੈ ਭੋਗਣ ਤਾਂ ਰੋਗਣ ਗੁਰਬਾਣੀ ਦਾ ਜਿੰਨੇ ਰੋਗ ਨੇ ਜਿੰਨੀਆਂ ਪਰੇਸ਼ਾਨੀਆਂ ਨੇ ਇਹ ਭੋਗੀ ਕੌਣ ਨੇ ਰਾਜਿੰਗ ਤਮਾਨਿੰਗ ਅਭਿਮਾਨਿੰਗ ਤਾਂ ਹੀ ਨਹੀਂ ਅੱਗੇ ਜਾ ਕੇ ਕਹਿੰਦੇ ਨੇ ਵੀ ਭੋਗੀ ਕੀ ਹੈ ਭੋਗਣ ਤਾਂ ਰੋਗਣ ਸਲੋਕ ਸੰਸਕ੍ਰਿਤੀ ਦਾ ਸ਼ਬਦ ਹੈ ਕਹਿੰਦੇ ਨੇ ਮੈਂ ਭੋਗੀ ਵੀ ਨਹੀਂ ਹੋਣਾ ਚਾਹੁੰਦਾ ਕਿ ਪਦਾਰਥਾਂ ਵਿੱਚ ਹੀ ਜੀਵਨ ਬਰਬਾਦ ਹੋ ਜਾਏ ਮੈਂ ਤਪੀਆ ਵੀ ਨਹੀਂ ਹੋਣਾ ਚਾਹੁੰਦਾ ਕਿ ਤਪ ਦੇ ਦੁੱਖਾਂ ਵਿੱਚ ਪੈ ਜਾਣ ਮੈਂ ਤੀਰਥਾਂ ਤੇ ਵੀ ਨਹੀਂ ਨਾ ਸਕਦਾ ਆਪਣੇ ਜੀਵਨ ਦਾ ਸਮਾਂ ਵਿਅਰਥ ਗੁਆ ਦਿਆ ਇਹ ਵੀ ਨਹੀਂ ਕਰ ਸਕਦਾ ਤੇ ਫਿਰ ਤੂੰ ਕੀ ਕਰ ਸਕਦਾ ਜੀ ਮੈਨੂੰ ਸੁੱਖ ਦਾ ਜੀਵਨ ਦਿਓ ਉਹ ਜਿਹੜਾ ਮੇਰਾ ਅੰਦਰ ਬਾਹਰੋਂ ਸੁਖੀ ਹੋ ਜਾਏ ਮੈਨੂੰ ਠੰਡਕ ਦਾ ਜੀਵਨ ਦਿਓ ਉਹ ਰਸਤਾ ਦੱਸੋ ਦੱਸ ਫਿਰ ਕੀ ਚਾਹੁੰਦਾ ਆਹ ਹੁਣ ਜਵਾਬ ਅਗਲੀ ਲਾਈਨ ਅੰਦਰ ਫੈਸਲਾ ਤੇਰੇ ਤੱਕ ਪਹੁੰਚ ਸਕਦਾ ਪੰਜ ਜਲੰਧੜੀ ਮੇਰਾ ਅੰਦਰ ਠੰਡਾ ਹੋ ਜਾਏ ਬਸ ਮੈਨੂੰ ਉਸ ਰਸਤੇ ਤਿਤਲੀ ਤੇਰਾ ਸਦੜਾ ਸੁਣਨਾ ਚਾਹ ਤੇਰੀ ਆਵਾਜ਼ ਹੁਣ ਸੋਚਿਓ ਤੇਰੀ ਆਵਾਜ਼ ਅਸੀਂ ਕਿੰਨੀ ਕੁ ਸੁਣਨੇ ਆ ਤੇ ਜੋਗ ਭੋਗ ਤਪ ਤੀਰਥਾਂ ਤੇ ਇਹਨਾਂ ਦਾ ਪ੍ਰਚਾਰ ਕਿੰਨਾ ਹੋ ਰਿਹਾ ਸਾਡੇ ਜੀਵਨ ਵਿੱਚ ਕਿਹੜੇ ਕਿਹੜੇ ਰਸਤੇ ਨੇ ਬੜੀ ਖੂਬਸੂਰਤ ਗੱਲ ਗੁਰੂ ਨੇ ਬਾਣੀ ਦੇ ਇੱਕ ਹੋਰ ਸ਼ਬਦ ਵਿੱਚ ਵੀ ਕੀਤੀ ਕਹਿਣ ਲੱਗੇ ਕੋਈ ਮਨੁੱਖ ਦੇ ਰੂਪ ਵਿੱਚ ਦੇਹਧਾਰੀ ਨਹੀਂ
ਗੁਰਬਾਣੀ ਲੋਕਾਂ ਨੇ ਬੜੀਆਂ ਕਹਾਣੀਆਂ ਕੜੀਆਂ ਰਾਤ ਅਰਜ਼ ਕੀਤੀ ਸੀ, ਗੁਰੂ ਨਾਨਕ ਨਾਲ ਵੀ ਜੋੜ ਦਿੱਤੀ ਹੈ ਵੀ ਗੁਰੂ ਨਾਨਕ ਕੋਲ ਕਲਯੁਗ ਆਇਆ, ਉਹਨੇ ਆਪਣੇ ਵੱਲੋਂ ਮਦਦ ਮੰਗੀ ਕਿ ਮੈਨੂੰ ਤੇਰੇ ਦਰਬਾਰ ਵਿੱਚ ਆਉਣ ਨਹੀਂ ਦਿੰਦੇ। ਬੜਾ ਇਹਦਾ ਮਤਲਬ ਉਹਨੇ ਸਮਝਿਆ ਗੁਰੂ ਨਾਨਕ ਮੇਰੀ ਮਦਦ ਕਰੇਗਾ ਕਲਯੁਗ, ਤੇ ਸਾਖੀਕਰਨ ਲਿਖ ਵੀ ਦਿੱਤਾ। ਕਹਿਣ ਲੱਗਾ ਜੀ ਤੇਰੇ ਦਰਬਾਰ ਵਿੱਚ ਮੈਨੂੰ ਕੋਈ ਥਾਂ ਨਹੀਂ ਮਿਲਦੀ। ਗੁਰੂ ਸਾਹਿਬ ਨੇ ਆਖਿਆ ਚਲੋ ਤੂੰ ਅੱਗੇ ਪਿੱਛੇ ਨਾ ਆਇਆ ਕਰ, ਜਦੋਂ ਜੋੜਿਆਂ ਵਿੱਚ ਬੈਠਾ ਰਿਹਾ ਕਰ, ਪਰ ਜਦੋਂ ਕੜਾ ਪ੍ਰਸ਼ਾਦ ਦਾ ਵੇਲਾ ਆਪੇ ਤੈਨੂੰ ਅੰਦਰ ਆਉਣ ਦੀ ਇਜਾਜ਼ਤ ਹੈ। ਅਖੇ ਉਹ ਕਾਰਨ ਹੈ ਜੋੜੇ ਚੁੱਕੇ ਜਾਂਦੇ ਨੇ ਜਾਂ ਕੜਾ ਪ੍ਰਸ਼ਾਦ ਦੇ ਵੇਲੇ ਰੌਲਾ ਪੈ ਜਾਂਦਾ। ਤੇ ਮੰਨ ਲਓ ਜਿਵੇਂ ਉਹਨੇ ਹੋਰ ਮਦਦ ਮੰਗ ਲਈ ਹੋਵੇ, ਹੋਰ ਰਿਆਇਤ ਮੰਗ ਲਈ ਹੋਵੇ, ਹੁਣ ਤਾਂ ਕੜਾ ਪ੍ਰਸ਼ਾਦ ਤੋਂ ਪਹਿਲਾਂ ਹੀ ਰੌਲੇ ਡਾਕਾ ਚੱਲ ਪੈਂਦੇ ਨੇ। ਬੜੀ ਥਾਂ ਮੰਗ ਲਈ, ਐਸੀਆਂ ਸਾਖੀਆਂ ਗੁਰੂ ਨਾਲ ਜੋੜ ਦਿੱਤੀਆਂ। ਪਰ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਮਤ ਸਮਝਿਓ ਕਿ ਕਲਯੁਗ ਕੋਈ ਮਨੁੱਖ ਹੈ, ਕਿਸੇ ਦੇਸ਼ ਵਿੱਚ ਕਦੇ ਨਹੀਂ ਸੁਣਿਆ, ਕਿਸੇ ਤੀਰਥ ਤੇ ਕਦੇ ਨਹੀਂ ਸੁਣਿਆ, ਉਹਦੇ ਆਉਣ ਜਾਣ ਦਾ ਕੋਈ ਰਸਤਾ ਨਹੀਂ ਸੁਣਿਆ। ਉਹ ਤੇ ਕਹਿਣ ਲੱਗੇ ਅੰਦਰ ਬੈਠਾ ਹੈ। ਗੁਰਬਾਣੀ ਦਾ ਸ਼ਬਦ ਹੈ ਸੋਈ ਚੰਦ ਚੜ੍ਹੇ ਸੋ ਤਾਰੇ ਸੋਈ ਦੁਨੀਆ ਤਪਤਰ ਹੈ। ਲੋਕ ਕਹਿੰਦੇ ਨੇ ਯੁੱਗ ਬਦਲ ਗਏ, ਇਸੇ ਲਈ ਉਹਨਾਂ ਬਣਾਉਣ ਵਾਲਿਆਂ ਨੇ ਯੁਗਾਂ ਦੀ ਉਮਰ ਲਿਖ ਦਿੱਤੀ, ਲਿਖਦੇ ਇੰਨੇ ਸਾਲ ਇੰਨੀਆਂ ਸਦੀਆਂ ਬਾਅਦ, ਇੰਨੇ ਹਜ਼ਾਰ ਸਦੀਆਂ ਬਾਅਦ ਫਲਾਣਾ ਯੁੱਗ ਬਦਲ ਜਾਏਗਾ, ਹੁਣ ਤ੍ਰੇਤੇ ਆਏਗਾ, ਫਿਰ ਦੁਆਪਰ ਆਏਗਾ, ਫਿਰ ਕੱਲ ਯੁੱਗ ਹੈ। ਕਹਿੰਦੇ ਨੇ ਯੁਗਾਂ ਦੀ ਉਮਰ ਲਿਖ ਦਿੱਤੀ, ਪਰ ਜਦੋਂ ਯੁੱਗ ਬਦਲਿਆ ਬੜਾ ਖੂਬਸੂਰਤ ਸਵਾਲ ਕਹਿਣ ਲੱਗੇ, ਜਦੋਂ ਯੁੱਗ ਬਦਲਿਆ ਕਿਸੇ ਨੂੰ ਪਤਾ ਲੱਗਾ? ਆਮ ਜੀਵਨ ਵਿੱਚ ਜਦੋਂ ਅਸੀਂ ਸਾਲ ਵੀ ਬਦਲ, ਨਵਾਂ ਸਾਲ ਮਨਾਉਣ ਲੱਗ ਪੈਣਾ, ਰਾਤ ਨੂੰ ਇੱਕ ਇੱਕ ਪਲ ਉਡੀਕ ਬਣੀ ਹੁੰਦੀ ਹੈ, ਹੁਣ ਨਵਾਂ ਸਾਲ ਚੜ੍ਹਨਾ, ਫਿਰ ਉਦੋਂ ਕੀਰਤਨ ਵੀ ਭੁੱਲ ਜਾਂਦਾ, ਗੁਰਬਾਣੀ ਵਿਚਾਰ ਵੀ ਭੁੱਲ ਜਾਂਦੀ, ਬੋਲੇ ਸੋ ਬਿਹਾਲ ਬੋਲੇ ਸੋ, ਬਸ ਹੀ ਨਵਾਂ ਸਾਲ ਚੜ੍ਹ ਗਿਆ। ਦੱਸ ਤਾਂ ਕਈ ਵਾਰੀ ਪਰੇਸ਼ਾਨੀ ਆਈ ਸਟੇਜ 'ਤੇ, ਜਦੋਂ ਮੈਨੇ ਸਾਲ ਵੱਲੋਂ ਜਾਣਾ ਤਾਂ ਕਈਆਂ ਨੇ ਟਾਈਮ ਦੇਣਾ ਵੀ ਉਹ ਟਾਈਮ ਹੋਵੇ ਜੀ ਜਦੋਂ ਸਾਲ ਚੜ੍ਹਦਾ, ਅਤੇ ਮੈਂ ਕਹਿੰਦਾ ਵੀ ਨਹੀਂ ਮੈਨੂੰ ਉਸ ਮਨ, ਅਤੇ ਜਾਂ ਫਿਰ ਨਿਯਮ ਰੱਖੋ ਜਿੰਨੀ ਦੇਰ ਕੀਰਤਨ ਦੀ ਸਮਾਪਤੀ ਨਾ ਹੋ ਜਾਏ ਉਨੀ ਦੇਰ ਤੁਹਾਡਾ ਬੋਲੇ ਸੋ ਬਿਹਾਲ ਵਾਲਾ ਕੰਮ ਨਾ ਸ਼ੁਰੂ ਹੋਵੇ। ਤੁਸੀਂ ਤਾਂ ਬਾਣੀ ਦੀ ਗੱਲ ਕਰ ਦਿੰਦੇ ਹੋ, ਪਰ ਇੰਤਜ਼ਾਰ ਹੁੰਦੀ ਹੈ ਨਾ, ਤੇ ਉਹ ਪਲ ਦਾ ਤੇ ਪਤਾ ਹੀ ਕੋਈ ਨਹੀਂ ਕਦੋਂ ਨਵਾਂ ਸਾਲ ਚੜ੍ਹਨਾ। ਕਿਸੇ ਦੀ ਘੜੀ 10 ਮਿੰਟ ਅੱਗੇ ਹੋਵੇ, 5 ਮਿੰਟ ਅੱਗੇ ਹੋਵੇ, ਤੇ ਹੁਣ 5 ਮਿੰਟ ਪਹਿਲਾਂ ਚੜ੍ਹ ਜਾਣਾ, ਇਸ ਤੋਂ ਵਾਸਤੇ ਕਿਹੜਾ ਪਤਾ ਲੱਗੇ। ਗੁਰੂ ਸਾਹਿਬ ਨੇ ਬੜੀ ਖੂਬਸੂਰਤ ਦਲੀਲ ਦੇ ਕੇ ਬਾਣੀ ਅੰਦਰ ਆ ਗਿਆ, ਕਹਿਣ ਲੱਗੇ ਤਾਂ ਸਾਲ ਬਦਲਣ ਦੀ ਵਰੇ ਬਦਲਣ ਦੀ ਗੱਲ ਹੈ, ਜੇ ਯੁੱਗ ਵੀ ਬਦਲਣ ਤਾਂ ਮੈਨੂੰ ਦੱਸੋ। ਗੁਰੂ ਕਹਿੰਦੇ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨਿਅਰ ਤਪਤ ਰਹੇ, ਦਿਨਿਅਰ ਕਹਿੰਦੇ ਨੇ ਸੂਰਜ, ਚੰਦਰਮਾ ਰਾਤ ਦਾ ਦੀਵਾ ਤਾਰੇ ਰਾਤ ਨੂੰ। ਕਹਿਣ ਲੱਗੇ ਜਦੋਂ ਯੁੱਗ ਬਦਲਦਾ ਮੈਂ ਕਦੀ ਨਹੀਂ ਵੇਖਿਆ ਵੀ ਦੂਜੇ ਦਿਨ ਚੰਦਰਮਾ ਹੋਰ ਤਰ੍ਹਾਂ ਦਾ ਹੋਵੇ, ਅਸਮਾਨ ਤੇ ਤਾਰੇ ਨਾ ਹੋਣ, ਕਿਉਂਕਿ ਯੁੱਗ ਬਦਲ ਗਿਆ ਹੈ ਨਾ, ਬਦਲਣ ਨਾਲ ਪਹਿਲੇ ਤਾਰੇ ਚਲੇ ਗਏ ਨੇ, ਕੋਈ ਹੋਰ ਨਿਸ਼ਚਿਤ ਹੋਣਗੇ, ਉਹ ਹੀ ਤਾਰੇ ਨੇ, ਉਹ ਹੀ ਚੰਦਰਮਾ, ਉਹ ਹੀ ਦਿਨੀਅਰ ਸੂਰਜ, ਸਾ ਧਰਤੀ, ਧਰਤੀ ਵੀ ਉਹ ਸਾ ਪਵਨ ਚਲਾ ਰਹੇ, ਪਵਨ ਹਵਾ ਵੀ ਉਹੀ ਚੱਲ ਰਹੀ, ਕਿਸੇ ਦੇ ਬੱਥੇ ਤੇ ਨਹੀਂ ਲਿਖਿਆ ਹੋਇਆ, ਕੋਈ ਤਬਦੀਲੀ ਨਹੀਂ ਆਈ ਵੀ ਭਲਾ ਯੁੱਗ ਬਦਲ ਗਿਆ ਹੁਣ ਪਵਨ ਦਾ ਵੇਗ ਬਦਲ ਗਿਆ ਹੋਵੇ। ਸਾ ਧਰਤੀ ਸਾ ਪਵਨ ਚਲਾ ਰਹੇ, ਕਹਿਣ ਲੱਗੇ ਜੀ ਫਿਰ ਯੁੱਗ ਹੈ ਕੀ? ਕਹਿਣ ਲੱਗੇ ਯੁੱਗ ਜੀਵ ਖੇਲੇ ਥਾਵ ਕੈਸੇ, ਯੁੱਗ ਜੁੜਿਆ ਉਹ ਤਾਂ ਜੀਵਾਂ ਦੇ ਅੰਦਰ ਹੈ, ਯੁੱਗ ਤਾਂ ਜੀਵਾਂ ਦੇ ਅੰਦਰ ਹੈ,
ਕਰਦੇ ਹਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰੀਏ। ਸ੍ਰੀ ਆਸਾ ਦੀ ਦੀਵਾਰ ਦੇ ਕੀਰਤਨ ਦੇ ਦਰਮਿਆਨ ਵੀ ਜਿਹੜਾ 13ਵਾਂ ਸਲੋਕ ਆਇਆ ਸੀ ਉਹ ਪੜ੍ਹਨ ਵਾਲਾ, ਉੱਥੇ ਸਰੀਰ ਦਾ ਨਾਂ ਲਿਆ ਕਿ ਤੇਰੇ ਅੰਦਰ ਹੈ। ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥ ਵਾਹ। ਹੁਣ ਗੱਲ ਆ ਗਈ ਜੁਗਾਂ ਦੀ, ਇਹਦਾ ਰੱਥ ਵਾਹ ਕਿਵੇਂ ਹੈ? ਯੁਗ ਯੁਗ ਫੇਰ ਵਟਾਈਏ, ਜੁਗਾ ਯੁਗ ਬਦਲਦੇ ਨੇ, ਅੰਦਰ ਹੀ ਬਦਲਦੇ ਨੇ। ਯੁਗ ਯੁਗ ਫੇਰ ਵਟਾਈਏ, ਗਿਆਨੀ ਬੁਝੇ ਗਿਆਨਵਾਨ ਪੁਰਸ਼ ਸਮਝ ਸਕਦਾ ਹੈ ਕਿ ਅੰਦਰ ਮੇਰ ਸਰੀਰ ਵਿੱਚ ਜਿਹੜਾ ਯੁੱਗ ਬਦਲਿਆ ਉਹ ਕਿਵੇਂ ਬਦਲਿਆ। ਕਹਿਣ ਲੱਗੇ ਜਦੋਂ ਅੰਦਰ ਸੰਤੋਖ ਆ ਜਾਏ ਉਦੋਂ ਸਮਝ ਨਹੀਂ ਸਤਿਯੁਗ ਆ ਗਿਆ। ਸਤਿਯੁਗ ਦਾ ਸੰਤੋਖ ਜਦੋਂ ਜਦੀ ਸਦੀ ਦੇ ਪਹਿਰਾ ਹੋਵੇ ਤੇ ਉਦੋਂ ਉਹਦੀ ਪੂਜਾ ਹੋਵੇ ਤੇ ਤਾਂ ਉਦੋਂ ਫਿਰ ਤ੍ਰੇਤੇ ਰੱਥ ਜਿੱਤੇ ਕਾ। ਜਦੋਂ ਤਪ ਆਦਿ ਸਾਧਨਾ ਵਿੱਚ ਲੋਕ ਲੱਗ ਪੈਣ ਆਖ ਸਮਝਿਓ ਦੁਆਪਰ ਰੱਥ ਤਪੇਗਾ। ਤੇ ਜਦੋਂ ਹਰ ਪਾਸੇ ਅੱਗ ਹੀ ਅੱਗ, ਈਰਖਾ ਦੁਆਖਤਾ ਠੱਕਰ ਤੇ ਕੁੜਾਮ ਮੱਚਿਆ ਹੋਵੇ, ਹਰ ਪਾਸੇ ਕਲੇਸ਼ ਹੀ ਕਲੇਸ਼ ਹੋਵੇ, ਨਾ ਗੁਰਦੁਆਰੇ ਬਚਣ ਉਸ ਕਲੇਸ਼ ਤੋਂ, ਨਾ ਮਸੀਤਾਂ ਬਚਣ, ਕੋਈ ਟਿਕਾਣਾ ਨਾ ਬਚੇ ਜਿੱਥੇ ਕਲੇਸ਼ ਨਾ ਹੋਵੇ, ਤੇ ਉਦੋਂ ਸਮਝਣੀ ਕਲਯੁਗ ਆ ਗਈ। ਕਲਯੁਗ ਰੱਥ ਅਗਨ ਕਾਲ, ਹਰ ਪਾਸੇ ਕੂੜ ਹੀ ਕੂੜ ਦਾ ਪੈਰਾ ਹੋਵੇ, ਝੂਠ ਦਾ ਹੀ ਹਰ ਪਾਸੇ ਪੈਰ, ਸਮਝੀ ਗੱਲ ਜੋ ਹੈ। ਯੁੱਗ ਤਾਂ ਬਦਲਦਾ ਜੀਵਾਂ ਦੇ ਸੁਭਾਅ ਨਾਲ, ਇੱਥੇ ਵੀ ਗੁਰੂ ਨੇ ਕਹਿ ਦਿੱਤਾ, ਕਹਿਣ ਲੱਗੇ ਸੋਈ ਚੰਦ ਚੜੇ ਸਿਤਾਰੇ, ਸੋਈ ਦੁਨੀਆ ਤਪਤ ਰਹੇ ਸਾ ਧਰਤੀ, ਸਾ ਪਵਨ ਜਲਾਰੇ ਜੁਗ ਜੀਵ ਖੇਲੇ ਥਾਮ ਕੈਸੇ। ਅੱਗੇ ਪਾਸੇ ਜੀਵਨ ਤਲਬ ਨਿਵਾਰ ਹੋਵੇ ਪ੍ਰਵਾਨ, ਕਰੇ ਧਿਆਨਾ ਕਲ ਲੱਖਣ ਵਿਚਾਰ। ਕਲਯੁਗ ਦੇ ਲਕਸ਼ਣ ਕੀ ਨੇ ਇਹ ਵਿਚਾਰ ਕਰ, ਪਰ ਤੂੰ ਉਹ ਨਹੀਂ ਵਿਚਾਰ ਲਿਆ। ਤੇ ਉਹ ਵਿਚਾਰ ਤਾਂ ਹੁੰਦੀ ਜੇ ਤੂੰ ਪ੍ਰਭੂ ਦੇ ਸਦੜੇ ਨੂੰ ਉਹਦੀ ਆਵਾਜ਼ ਨੂੰ ਸੁਣਦੋਂ। ਉਹ ਸਮਝਾ ਰਿਹਾ ਸੀ ਹੁਣ ਜਿਹਨੇ ਬਾਣੀ ਪੜ੍ਹਨੀ ਨਹੀਂ, ਸਮਝਣੀ ਨਹੀਂ, ਸੁਣਨੀ ਨਹੀਂ, ਉਹਨੂੰ ਗੁਰੂ ਨਾਨਕ ਦੇ ਦੱਸੇ ਹੋਏ ਸਰਾਹ ਦਾ ਕਿਵੇਂ ਪਤਾ ਲੱਗਣਾ? ਉਹਨੇ ਤਾਂ ਜਾ ਕੇ ਪਾਰਕਾਂ ਵਿੱਚ ਬਹਿ ਕੇ ਜੋ ਘੁਮਾਉਣਾ ਉਹ ਬੋਲੇ। ਸਾਡਾ ਦੁਖਾਂ ਤੇ ਹੈ ਅਸੀਂ ਸਦੜਾ ਸੁਣੀ ਜੇ ਭਾਈ ਵਾਲੀ ਗੱਲ ਨੂੰ ਝੜਦੇ। ਉਹ ਸਦੜਾ ਸੀ ਰੱਬ ਦਾ, ਤੇਰਾ ਸਦੜਾ ਸੁਣੀ ਜੇ ਭਾਈ ਨੇ, ਮੈਂ ਹੋਰ ਕੁਝ ਨਹੀਂ ਚਾਹੁੰਦਾ, ਮੈਨੂੰ ਉਸ ਟਿਕਾਣੇ ਲੈ ਚੱਲ ਜਿੱਥੇ ਤੇਰੀਆਂ ਆਵਾਜ਼ਾਂ ਹੋਣ, ਤੇਰੀ ਗੱਲ ਹੋਵੇ, ਤੇਰੀ ਜਾਣ ਪਛਾਣ ਕਰ। ਅਸੀਂ ਉਸ ਸਦੜੇ ਨੂੰ ਵੀ ਕਲਯੁਗ ਬਣਾ ਲਿਆ। ਹੁਣ ਕੀ ਹੈ, ਅਸੀਂ ਪਹਿਲਾਂ ਤਾਂ ਸਦੜਾ ਦਾ ਮਤਲਬ ਸੀ ਤੇਰੀ ਉਹ ਬਖਸ਼ਿਸ਼ ਬਣਤਰ ਜਿਹਦੇ ਵਿੱਚ ਕੋਈ ਸਾਡੇ ਲਈ ਸਿੱਖਿਆ ਹੋਵੇ, ਰਾਹ ਹੋਵੇ, ਪਰ ਨਹੀਂ, ਅਸੀਂ ਵਾਹਿਗੁਰੂ 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 ਵਾਹਿਗੁਰੂ, ਹੁਣ ਉਹ ਚੱਲਦਾ ਹੋਇਆ ਉਹ ਵੀ ਕਲੇਸ਼ ਬਣ ਗਿਆ। ਹੁਣ ਜੇ ਕਿਸੇ ਦਾ ਕੀਰਤਨ ਕਥਾ ਬੰਦ ਕਰਾਉਣੀ ਹੋਵੇ ਨਾ, ਆ ਵਿਰੋਧੀ ਵੀਰ ਜਿਹੜੇ ਨੇ ਜਿਹੜੇ ਕਿਸੇ ਦੀ ਕਥਾ ਨਾ ਸੁਣਨਾ ਚਾਹੁੰਦੇ ਹੋਣ, ਉਹ ਹੋਰ ਕੁਝ ਨਹੀਂ ਕਰਦੇ, ਉਹਨਾਂ ਨੂੰ ਡਾਂਗਾਂ ਚੁੱਕਣ ਦੀ ਲੋੜ ਹੀ ਨਹੀਂ ਪੈਂਦੀ, ਉਹ ਸਾਹਮਣੇ ਬਹਿ ਜਾਂਦੇ ਨੇ, ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਦਿੰਦੇ ਤਾਂ ਕਿ ਬੋਲ ਹੀ ਨਾ ਸਕੇ। ਨਾਮ ਵੀ ਇੱਕ ਹਥਿਆਰ ਬਣ ਗਿਆ, ਨਾਮ ਵੀ ਇੱਕ ਸ਼ਸਤਰ ਬਣ ਗਿਆ ਕਿਸੇ ਨੂੰ ਰੋਕਣ ਦਾ। ਹੈ ਸੀ ਨਾਮ ਜਿਹਨੂੰ ਤੁਸੀਂ ਇੱਕ ਪਾਸੇ ਨਾਮ ਕਹਿੰਦੇ ਹੋ, ਇੱਕ ਪਾਸੇ ਸਿਮਰਨ ਕਹਿੰਦੇ ਹੋ, ਦੂਜੇ ਪਾਸੇ ਉਸੇ ਨਾਮ ਸਿਮਰਨ ਨੂੰ ਕਲੇਸ਼ ਦਾ ਘਰ ਬਣਾ ਲਿਆ। ਗੁਰੂ ਕਹਿੰਦੇ ਨੇ ਭਰਿਆ ਦੇਖ ਉਹਦਾ ਸਦੜਾ ਜਿਹੜਾ ਗੁਰਬਾਣੀ ਹੈ, ਕਿਉਂਕਿ ਇਹ ਸਦੜਾ ਕਿਸੇ ਹੋਰ ਵਿਅਕਤੀ ਦਾ ਨਹੀਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਤੇ ਗੁਰੂ ਆਖਦੇ ਨੇ ਮੈਨੂੰ ਨਾ ਜੋਗ ਜੋਗ ਜੋਗਣ ਦੀ ਲੋੜ ਹੈ, ਨਾ ਭੋਗ ਭੋਗਣ ਦੀ ਲੋੜ ਹੈ, ਨਾ ਮੈਂ ਕਿਸੇ ਤਪੀਆ ਦੇ ਸਥਾਨ ਤੇ ਬੈਠ ਕੇ ਤਪ ਕਰਨਾ ਚਾਹੁੰਦਾ। ਹੇ ਮੇਰੇ ਮਾਲਕ, ਮੈਨੂੰ ਤੂੰ ਆਪਣੇ ਸਦੜੇ ਆਪਣੇ ਭੇਜੇ ਹੋਏ ਹੁਕਮ ਨਾਲ ਬਾਣੀ ਨਾਲ ਜੋੜ ਲੈ, ਤੇ ਜਿੱਥੇ ਤੇਰੀ ਬਾਣੀ ਗਾਈ ਜਾਂਦੀ ਹੋਵੇ, ਜਿੱਥੇ ਤੇਰੀ ਬਾਣੀ
ਬਾਣੀ ਸਮਝੀ ਸਮਝਾਈ ਜਾਂਦੀ ਹੋਵੇ ਬਸ ਮੈਂ ਉੱਥੇ ਪਹੁੰਚ ਜਾਵਾਂ ਗੁਰੂ ਸਾਹਿਬ ਆਪਣੀ ਰਸਨ ਤੋਂ ਕਹਿੰਦੇ ਤੇਰਾ ਸਦੜੇ ਨੂੰ ਸਮਝਣ ਦੀ ਲੋੜ ਹੈ। ਅਸੀਂ ਹੋਰ ਕਰਮ ਬੜੇ ਕਰ ਰਹੇ ਹਾਂ, ਕਲਯੁਗ ਮੈਂ ਬਹੁਤ ਕਰਮ ਕਮਾਏ, ਬੜੇ ਤਰ੍ਹਾਂ ਦੇ ਕਰਮ ਹੋ ਰਹੇ ਨੇ ਹਰ ਪਾਸੇ ਨਿਰਾਏ ਨੀ। ਜੰਗਲਾਂ ਵਿੱਚ ਬੈਠੇ ਜੋਗੀ ਤੁਸੀਂ ਗੁਰਦੁਆਰਾ ਵੀ ਚਲੇ ਜਾਓ, ਉੱਥੇ ਵੀ ਤਰ੍ਹਾਂ ਤਰ੍ਹਾਂ ਦੇ ਧੂਪਾਂ ਦੀਪਾਂ ਆਰਤੀਆਂ ਅਖੰਡ ਪਾਠ ਬਹੁਤ ਕੁਛ ਰਹਿਣ ਸਵਾਈਆਂ, ਇਹ ਸਾਰੇ ਕਰਮ ਧਰਮ ਨੇ। ਪਰ ਫੈਸਲਾ ਗੁਰਬਾਣੀ ਦਾ ਹੈ, ਕਹਿੰਦੇ ਨੇ ਕਲਯੁਗ ਮੈਂ ਬਹੁਤ ਕਰਮ ਕਮਾਏ ਪਰ ਫੈਸਲਾ ਕੀ ਹੈ, ਨਾ ਰੁੱਤ ਨਾ ਕਰਮ ਥਾਏ ਪਾਏ। ਉਹਨਾਂ ਕਰਮ ਧਰਮਾਂ ਦੀ ਅੱਜ ਰੁੱਤ ਨਹੀਂ, ਫੈਸਲਾ ਬਾਣੀ ਦਾ ਹੈ। ਕਹਿਣ ਲੱਗੇ ਸਤਯੁਗ ਸੱਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦ੍ਰਿੜੇ, ਕਲ ਕੇਵਲ ਨਾਮ ਆਧਾਰ ਹੈ। ਕਹਿਣ ਲੱਗੇ ਹੁਣ ਉਹਦੀ ਰੁੱਤ ਨਹੀਂ, ਹੁਣ ਤਾਂ ਰੁੱਤ ਹੈ ਬਾਣੀ ਨੂੰ ਸਮਝ ਕੇ, ਬਾਣੀ ਅਨੁਸਾਰ ਗੁਣਾ ਰੂਪੀ ਨਾਮ ਦਾ ਹਿਰਦੇ ਵਿੱਚ ਵਾਸਾ ਕਰਨਾ। ਅੱਜ ਇਹ ਯੁੱਗ ਹੈ, ਪਰ ਦੁਖਾਂ ਤੇ ਹੈ ਕਿ ਇਸ ਯੁੱਗ ਵੱਲ ਕੋਈ ਵੱਧ ਨਹੀਂ ਰਿਹਾ। ਕਹਾਣੀਆਂ ਸੁਣਨ ਸੁਣਨ ਵਿੱਚ ਮਨੁੱਖ ਜ਼ਿਆਦਾ ਲੁੱਟਦਾ ਹੋਇਆ, ਆਪਣੇ ਵਿੱਚ ਹੀ ਚਾਰ ਚੁਫੇਰੇ ਝਾਤ ਮਾਰ ਲਓ। ਇੰਨੀ ਵੱਡੀ ਵਸੋਂ ਵਿੱਚੋਂ ਕਿੰਨੋ ਕੁ ਲੋਕ ਨੇ ਜਿਹੜੇ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਉਤਾਵਲੇ ਹੋਣ। ਸਦੜਾ ਹਰ ਕੋਈ ਨਹੀਂ ਸੁਣਦਾ ਪਿਆ, ਇਹ ਦੁਖਾਂਤ ਪੈਦਾ ਹੋ ਰਿਹਾ ਇਹਨਾਂ ਸ਼ਬਦਾਂ ਨਾਲ। ਕਮਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।